ਸ਼ਿਵ ਸੈਨਾ ਸੇਰੇ ਹਿੰਦ ਵੱਲੋਂ ਦੀਨਾ ਨਗਰ ਵਿਖੇ ਜ਼ਿਲ੍ਹਾ ਪ੍ਰਧਾਨ ਗੌਰਵ ਓਬਰਾਏ ਦੀ ਅਗਵਾਈ 'ਚ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵੱਲੋਂ ਸ਼ਿਵ ਸੈਨਾ ਸ਼ੇਰੇ ਹਿੰਦ ਦੇ ਰਾਸ਼ਟਰੀ ਪ੍ਰਧਾਨ ਬਲਜੀਤ ਸਿੰਘ ਢਿੱਲੋਂ, ਜਦਕਿ ਰਾਸ਼ਟਰੀ ਯੂਥ ਪ੍ਰਧਾਨ ਰਾਹੁਲ ਰਾਏ ਅਤੇ ਪੰਜਾਬ ਪ੍ਰਧਾਨ ਕੌਸ਼ਲ ਸ਼ਰਮਾ ਵਿਸ਼ੇਸ਼ ਤੌਰ 'ਤੇ ਪਹੁੰਚੇ। ਮੀਟਿੰਗ 'ਚ ਬੁਲਾਰਿਆਂ ਵੱਲੋਂ ਪੰਜਾਬ 'ਚ ਨਸ਼ੇ ਨਾਲ ਨੌਜਵਾਨਾਂ ਦੀ ਹੋ ਰਹੀ ਮੌਤਾਂ ਦੀ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਦੱਸਿਆ ਕਿ ਸ਼ਿਵ ਸੈਨਾ ਸੇਰੇ ਹਿੰਦ ਵੱਲੋਂ ਪ੍ਰਸ਼ਾਸਨ ਦੀ ਮਦਦ ਨਾਲ ਨਸ਼ਾ ਤਸਕਰਾਂ ਨੂੰ ਫੜਨ ਲਈ ਸਿਟਿੰਗ ਆਪਰੇਸ਼ਨ ਕੀਤਾ ਜਾਵੇਗਾ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਦੀਨਾ ਨਗਰ ਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ, ਸਾਡੇ ਯੂਥ ਦੀਆਂ ਕੁਝ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਸਾਡਾ ਮੇਰਾ ਮੈਸੇਜ ਸਾਰੇ ਹਿੰਦੂਆਂ ਨੂੰ, ਸਾਰੇ ਦੇਸ਼ ਵਾਸੀਆਂ ਨੂੰ ਹੈ ਅਤੇ ਸਰਕਾਰ ਨੂੰ ਖਾਸ ਕਰਕੇ ਮੈਂ ਧਿਆਨ 'ਚ ਲਿਆਉਣਾ ਚਾਹੁੰਦਾ ਹਾਂ। ਜਿਹੜੀ ਸ਼ਿਵ ਸੈਨਾ ਸ਼ੇਰੇ ਹਿੰਦ ਨੇ ਇੱਕ ਨਸ਼ਿਆਂ ਖਿਲਾਫ ਅਤੇ ਅੱਤਵਾਦ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਹੈ, ਸਰਕਾਰ ਵੀ ਸਾਡਾ ਵੱਧ ਚੜ੍ਹ ਕੇ ਇਸ ਵਿੱਚ ਸਹਿਯੋਗ ਦੇਵੇ ਅਤੇ ਮੇਰੇ ਭੈਣ ਭਰਾ ਜਿਹੜੇ ਸਾਰੇ ਸਾਡੇ ਮੈਂਬਰ ਨੇ ਅਤੇ ਸਾਡੇ ਦੇਸ਼ ਵਾਸੀ ਨੇ ਉਹ ਵੀ ਸਾਡੇ ਨਾਲ ਵੱਧ ਚੜ੍ਹ ਕੇ ਹਿੱਸਾ ਲੈਣ। ਬਿਲਾਸਪੁਰ ਬ੍ਰਹਮਪੁਰ ਦੇ ਜ਼ਿਲ੍ਹਾ ਪ੍ਰਧਾਨ ਯੂਥ ਦੇ ਗੌਰਵ ਬਰਾਏ ਜੀ ਦੀ ਅਧਿਆਖਿਆ ਦੇ ਵਿੱਚ ਅਸੀਂ ਕੁਝ ਨਿਯੁਕਤੀਆਂ ਪਾਈਆਂ ਨੇ ਯੂਥ ਦੀਆਂ। ਇੱਕ ਅਸੀਂ ਗੁਰਦਾਸਪੁਰ ਦੇ ਵਿੱਚ ਸਾਨੂੰ ਕੁਛ ਰਿਪੋਰਟਾਂ ਮਿਲ ਰਹੀਆਂ ਸੀ, ਜਿੰਨੇ ਨਸ਼ਾ ਦੇ ਤਸਕਰ ਨੇ ਸਾਰੇ ਇੱਥੋਂ ਚੱਲ ਰਹੇ ਨੇ। ਅਸੀਂ ਉਹਨਾਂ ਨੂੰ ਠੱਲ ਪਾਉਣ ਲਈ ਪ੍ਰਸ਼ਾਸਨ ਦੀ ਸਟਿਲ ਪ੍ਰੇਸ਼ਨ ਜਿਹੜਾ ਚਲਾਵਾਂਗੇ, ਪ੍ਰਸ਼ਾਸਨ ਨੂੰ ਨਾਲ ਲੈ ਕੇ, ਮੀਡੀਆ ਨੂੰ ਨਾਲ ਲੈ ਕੇ, ਜਿੱਥੇ ਜਿੱਥੇ ਉਹ ਨਸ਼ਾ ਵੇਚਦੇ ਨੇ ਉਹਨਾਂ ਨੂੰ ਨਾਲ ਪ੍ਰਸ਼ਾਸਨ ਦੇ ਲੱਗ ਕੇ ਉਹਨਾਂ ਨੂੰ ਫੜਾਵਾਂਗੇ ਅਤੇ ਜਿਹੜੇ ਨਸ਼ਾ ਕਰ ਰਹੇ ਬੱਚੇ ਸਾਡੇ ਨੇ ਉਹਨਾਂ ਨੂੰ ਆਪਾਂ ਸੈਂਟਰਾਂ 'ਤੇ ਪਹੁੰਚਾਵਾਂਗੇ ਅਤੇ ਪੂਰੇ ਪੰਜਾਬ 'ਚ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਨਸ਼ਾ ਨਾ। ਦੀਨਾ ਨਗਰ ਤੋਂ ਦੀਪਕ ਕੁਮਾਰ, ਜੀਵੇ ਪੰਜਾਬ ਟੀਵੀ।